ਜੇ ਕਿਸੇ ਟੋਲ ਤੇ ਬਚਣ ਦਾ ਸ਼ਾਰਟਕਟ ਹੈਗਾ ਤੇ ਸਭ ਤੋਂ ਨੇੜੇ ਆ ਤਾਂ ਉਹ ਆ ਆ ਕਿਉਂਕਿ ਆ ਦੇਖੋ ਆ ਸਾਹਮਣੇ ਟੋਲ ਆ ਗਿਆ ਆਪਾਂ ਉਹ ਸਾਹਮਣੇ ਰੋਡ ਜਿੱਥੇ ਹੁਣ ਉੱਥੋਂ ਇੱਧਰ ਨੂੰ ਘੁੰਮ ਕੇ ਵਾਲੇ ਪਾਸੇ ਰੋਡ ਤੇ ਚੜ ਜਾਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਨਾ ਅੱਜ ਜਿਹੜਾ ਮੇਨ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਰੋਡ ਜਾਂਦਾ ਨਾ ਇਹਦੇ ਤੇ ਜਿਹੜਾ ਬਲਾਚੌਰ ਤੋਂ ਅੱਗੇ ਜਿਹੜਾ ਪਹਿਲਾ ਟੋਲ ਆਉਂਦਾ ਟੋਲ ਤੋਂ ਤੁਹਾਨੂੰ ਬਚਣ ਦਾ ਤਰੀਕਾ ਦੱਸਦੇ ਹਾਂ ਆਹ ਹੈਗਾ ਭਰਥਲਾ ਪਿੰਡ ਅਤੇ ਮੈਂ ਤੁਹਾਨੂੰ ਦਿਖਾ ਵੀ ਦੇਵਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੋਂ ਉਹ ਸਾਹਮਣੇ ਟੋਲ ਪਲਾਜ਼ੇ ਦੇ ਬੋਰਡ ਦੇਖਣੇ ਸ਼ੁਰੂ ਹੋ ਗਏ ਆ लंगर लाया हुआ इथे टोल प्लाजे लंगर भी चलता जी 24 घंटे लंगर चलता ये तो कोई पीर की जगह आ बट अगे गुरु ग्रंथ साहब महाराज का प्रकाश है उस तो अगे उत्थे शैड बनी हुई है उन्होंने परले पास इस तो परले पास आज देखियो आप इतों ही सामने शैड बनी हुई है जी तो इतने 24 घंटे लंगर चलता रहता आप इतों भी जा सकते हैं पीर वाली जगह के बच्चे भी मैं लगता पर आप ट्राई नहीं किया ਪੀਰਾਂ ਵਾਲੀ ਜਗ੍ਹਾ ਵਿੱਚ ਵੀ ਮੈਨੂੰ ਲੱਗਦਾ ਪੀਰਾਂ ਵਾਲੀ ਜਗ੍ਹਾ ਇੱਧਰੋਂ ਓਪਨ ਆ ਮੈਨੂੰ ਲੱਗਦਾ ਪਰਲੇ ਪਾਸੇ ਵੀ ਓਪਨ ਹੀ ਹੋਣੀ ਹੈ ਨਾ ਅਤੇ ਤੁਸੀਂ ਇੱਧਰੋਂ ਵੀ ਜਾ ਸਕਦੇ ਸ਼ਾਇਦ ਉਹ ਜਗ੍ਹਾ ਵਾਲੇ ਰੋਕਦੇ ਹੋਣ ਅਤੇ ਆਹ ਪਿੰਡ ਆ ਗਿਆ ਸਾਹਮਣੇ ਅਤੇ ਪਿੰਡ ਦੇ ਵਿੱਚ ਹੀ ਤੁਸੀਂ ਲੰਘ ਕੇ ਪਰਲੇ ਪਾਸੇ ਬਿਲਕੁਲ ਸਾਹਮਣੇ ਉਹਦੇ ਕੋਲ ਟਰੱਕ ਵੀ ਜਿਹੜੇ ਆਉਂਦੇ ਆ ਉਹ ਵੀ ਗੱਡੀਆਂ ਆ ਰਹੀਆਂ ਨਾ ਸਾਹਮਣੇ ਟੋਲ ਰਿਹਾ ਅਤੇ ਇੱਧਰੋਂ ਜਦੋਂ ਚੰਡੀਗੜ੍ਹ ਵੱਲੋਂ ਆਉਂਦੇ ਆ ਇੱਧਰੋਂ ਵੀ ਬਿਲਕੁਲ ਤੁਸੀਂ ਉਸ ਰੋਡ 'ਤੇ ਚੰਡੀਗੜ੍ਹ ਵਾਲੇ ਪਾਸੇ ਹੁੰਦੇ ਆ ਨਾ ਉੱਧਰ ਪਰੇ ਜਾ ਕੇ ਬਿਲਕੁਲ ਉਹ ਜਿੱਥੇ ਟੋਲ ਜਿੱਥੇ ਸਟਾਰਟ ਹੋ ਜਾਂਦਾ ਨਾ ਉੱਥੋਂ ਕੱਟ ਮਾਰ ਕੇ ਇੱਧਰ ਆ ਕੇ ਤਾਂ ਵੀ ਤੁਸੀਂ ਇੱਧਰ ਦੀ ਜਾ ਸਕਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਹੁਤ ਸਾਰੇ
ਦੇ ਪੈਸੇ ਬਚ ਸਕਣ। ਧੰਨਵਾਦ ਜੀ, ਮਿਲਦੇ ਕਿਸੇ ਹੋਰ।